नमस्कार, आप देख रहे हैं सुपर न्यूज 24/7। कोरोना महामारी आने के बाद गरीब लोगों की हालत तरस योग बनी हुई है। राशन खरीदने से लेकर बच्चों की पढ़ाई का खर्चा गरीब लोगों के लिए बेहद मुश्किल है। ऐसे में गरीबी के कारण लिए गए औरतों द्वारा ग्रुप लोन की किस्तें देना मुश्किल हो रहा है। आपको खबर दिखा रहे हैं होशियारपुर से, जहां लोन की किस्त ना देने पर प्राइवेट बैंकों की तरफ से औरतों के साथ बदसलूकी से बात की जा रही है और घर का सामान उठा के लेके जाने की धमकियां दी जा रही हैं और किस्त चुकाने के लिए वक्त भी नहीं दिया जा रहा। आज गुरु रविदास टाइगर फोर्स होशियारपुर के सदस्यों की अगुवाई में प्राइवेट बैंकों के खिलाफ रोष प्रदर्शन किया गया और रोष मार्च निकाला गया। उन्होंने पंजाब के मुख्यमंत्री कैप्टन अमरिंदर सिंह से मांग की कि उन्हें बैंकों की तरफ से परेशान ना किया जाए और बिना मंजूरी जबरदस्ती उनके घर में घुसकर सामान उठाने वाले बैंकों पर कार्रवाई की जाए। आइए आपको दिखाते हैं सुपर न्यूज 24/7 होशियारपुर से राज थापर की रिपोर्ट। ਮੈਂ ਇਹ ਜੋ ਬਹੁਜਨ ਸਮਾਜ ਆ ਉਹਨਾਂ ਦੇ ਲਈ ਦਿਨ ਰਾਤ ਲੜਾਈ ਲੜਨ ਲਈ ਤਿਆਰ ਹਾਂ। ਮੇਰੀ ਗੁਰਵਿਦਾਸ ਟੈਗਰ ਫੋਰਸ, ਸਾਡੇ ਪ੍ਰਧਾਨ ਆਲ ਇੰਡੀਆ ਪ੍ਰਧਾਨ ਮੋਹਨ ਲਾਲ ਪਟੋਆ ਜੀ, ਸਾਡੇ ਵਾਈਸ ਚੇਅਰਮੈਨ ਲਵਲੀ ਪਟੋਰੀ ਜੀ, ਚੇਅਰਮੈਨ ਸਾਹਿਬ ਸਾਡੇ ਜਸ਼ਬਾਨਾ ਜੀ, ਹਨੀ ਆਜ਼ਾਦ ਜੀ ਔਰ ਸਾਡੇ ਸਿਟੀ ਪ੍ਰਧਾਨ, ਮੈਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਸਾਨੂੰ ਆਪਣੀ ਜਾਨ ਦੇ ਕੇ ਵੀ ਇਹ ਆਪਣੇ ਸਮਾਜ ਲਈ ਹਿਫਾਜ਼ਤ ਕਰਨੇ ਪਈ, ਅਸੀਂ ਆਪਣੀ ਜਾਨ ਦੇਣ ਤੋਂ ਡਰਾਂਗੇ ਨਹੀਂ। ਇਸ ਮੋਦੀ ਸਰਕਾਰ ਨੂੰ ਔਰ ਕੈਪਟਨ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਗੁਰਵਿਦਾਸ ਟੈਗਰ ਫੋਰਸ ਦੇ ਮਾਧਿਅਮ ਤੋਂ ਕਿ ਬਾਜ ਆ ਜਾਓ, ਇਹਨਾਂ ਗਰੀਬਾਂ ਦੇ ਹੱਕਾਂ ਲਈ ਜੋ ਅਸੀਂ ਲੜਦੇ ਹਾਂ ਇਸੇ ਤਰ੍ਹਾਂ ਸੰਘਰਸ਼ ਕਰਨੀ ਜਾਰੀ ਰੱਖਾਂਗੇ। ਜੇ ਤੁਸੀਂ ਆਪਣਾ ਇਹ ਆਪਣਾ ਜਿਹੜਾ ਹਰਕਤਾਂ ਬੰਦ ਨਾ ਕੀਤੀਆਂ, ਗੁਰਵਿਦਾਸ ਟੈਗਰ ਫੋਰਸ ਆਪਣੇ ਮਾਧਿਅਮ ਤੋਂ ਔਰ ਆਪਣੀ ਪੂਰੇ ਜਥੇਬੰਦੀ ਦੇ ਨਾਲ ਤੁਹਾਡਾ ਵਿਰੋਧ ਕਰੂਗੀ ਔਰ ਜੰਗ ਲੜੂਗੀ, ਤੁਹਾਨੂੰ ਇਸ ਦੇਸ਼ ਦੇ ਵਿੱਚੋਂ ਕੀ, ਇਸ ਪੰਜਾਬ ਦੇ ਵਿੱਚੋਂ ਕੀ ਕਾਂਗਰਸ ਦਾ ਸਫਾਇਆ ਕਰ ਦੂਗੀ। ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। ਗਰੀਬਾਂ ਲਈ ਜੋ ਲੜਦੇ ਲੋਕ ਮਿਹਨਤਗੀ ਜ਼ਰੂਰ ਕਰਦੇ ਆ, ਪਰ ਉਹ ਜਿਹੜੇ ਸਾਡੇ ਸਮਾਜ ਦੇ ਬਾਰੇ ਕਦੀ ਵੀ ਸੋਚਦੇ ਨਹੀਂ। ਉਹ ਜਦੋਂ ਸਾਡੇ ਸਮਾਜ ਦੇ ਖਿਲਾਫ਼ ਜਦੋਂ ਕੋਈ ਵੀ ਕਾਨੂੰਨ ਪਾਸ ਹੁੰਦਾ, ਉਸ ਵਿੱਚ ਜਿਹੜਾ ਆ ਉਹ ਵੱਧ ਚੜ੍ਹ ਕੇ ਜਿਹੜਾ ਹਿੱਸਾ ਲੈਂਦੇ ਆ, ਕਦੀ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ। ਅਸੀਂ ਉਹਨਾਂ ਪਿਛਲੱਗੂ ਜਿਹੜਾ ਲੀਡਰ ਵਿਰੋਧ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਜੇ ਸਾਨੂੰ ਆਰਥਿਕ ਰੂਪ 'ਚ ਜੇ ਆਜ਼ਾਦੀ ਦਿੱਤੀ ਗਈ ਸੀ ਤਾਂ ਉਹ ਆਜ਼ਾਦੀ ਜਿਹੜੀ ਆ ਉਹ ਪੂਰੇ ਰੂਟ ਲੈਵਲ ਤੱਕ ਨਹੀਂ ਪਹੁੰਚੀ। ਸਾਡੇ ਲੋਕ 1950 ਦੇ ਵਿੱਚ ਵੀ ਗਰੀਬ ਤਬਕਾ ਸੀ, ਉਹਨਾਂ ਨੂੰ ਰੋਟੀ ਕੁੱਲੀ ਅਤੇ ਜੁੱਲੀ ਦਾ ਕੋਈ ਪ੍ਰਬੰਧ ਨਹੀਂ ਸੀ। ਅੱਜ ਦੀ ਡੇਟ 'ਚ ਵੀ ਸਾਡੇ ਲੋਕਾਂ ਦੇ ਕੋਲ, ਸਾਡੇ ਦਲਿਤ ਸਮਾਜ ਕੋਲ ਜਿਹੜਾ ਆ ਕੁੱਲੀ ਜੁੱਲੀ ਅਤੇ ਰੋਟੀ ਦਾ ਪ੍ਰਬੰਧ ਨਹੀਂ ਹੈਗਾ। ਅਤੇ ਇਹ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਪ੍ਰਾਵਧਾਨ ਕੀਤਾ ਸੀ, ਇਹ ਸੋਚਿਆ ਗਿਆ ਸੀਗਾ ਕਿ ਕੁਛ ਸਮੇਂ ਦੇ ਵਿੱਚ, ਕੁਛ ਅਰਸੇ 'ਚ ਇਹ ਜਿਹੜਾ ਆ ਇਹ ਸਾਨੂੰ ਕੁੱਲੀ ਜੁੱਲੀ ਅਤੇ ਰੋਟੀ ਦਾ ਪ੍ਰਬੰਧ ਕਰਕੇ ਸਰਕਾਰਾਂ ਦੇਣਗੀਆਂ। ਲੇਕਿਨ ਉਹ ਅੱਜ ਤੱਕ 70 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਸਾਨੂੰ ਕਰਜ਼ੇ ਦੇ ਉੱਤੇ ਲੋਨ ਲੈਣੇ ਪੈ ਰਹੇ ਨੇ, ਜਿਹੜਾ ਸਾਡੇ ਕੋਲ ਕੋਈ ਸਰਕਾਰੀ ਨੌਕਰੀਆਂ ਨਹੀਂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਦਾ ਕੋਈ ਟੁਕੜਾ ਨਹੀਂ ਹੈਗਾ। ਅਤੇ ਸਾਹਿਬ ਕਾਂਛੀ ਰਾਮ ਜੀ ਨੇ ਵੀ ਕਿਹਾ ਸੀ
ਕਿ ਜਾਂ ਤਾਂ ਸਾਨੂੰ ਸਰਕਾਰੀ ਨੌਕਰੀਆਂ ਦੇ ਦਿਓ ਜਾਂ ਫਿਰ 10 ਕਿੱਲੇ ਦੇ ਜ਼ਮੀਨ ਦੇ ਦਿਓ ਇਕੱਲੇ ਇਕੱਲੇ ਪਰਿਵਾਰ ਨੂੰ, ਤਾਂ ਕਿ ਉਹ ਜਿਹੜੇ ਨੌਕਰੀਆਂ ਨਹੀਂ ਹੈ ਤਾਂ ਉਹ ਆਪਣੀ ਜਿਹੜੀ ਜ਼ਮੀਨ ਜਾਇਦਾਦ ਨੂੰ ਵੱਟ ਕੇ ਆਪਣਾ ਜਿਹੜਾ ਖਰਚਾ ਪਾਣੀ ਜਿਹੜਾ ਚਲਾ ਸਕਣ। ਤੋ ਇਹਨਾਂ ਸ਼ਬਦਾਂ ਨਾਲ ਅਸੀਂ ਇਹ ਜਿਹੜਾ ਪ੍ਰਜੋਰ ਜਿਹੜਾ ਵਿਰੋਧ ਕਰਦੇ ਹਾਂ ਇਹਨਾਂ ਸਰਕਾਰਾਂ ਦਾ, ਜ਼ਾਲਮ ਸਰਕਾਰਾਂ ਦਾ। ਜੈ ਭਾਰਤ। ਅਸੀਂ ਬਸ ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਿੰਦੇ ਆ, ਜੋ ਘਰਾਂ ਦੇ ਵਿੱਚ ਆ ਕੇ ਬਹੁਤ ਬੀਬੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਅਤੇ ਉਹਨਾਂ ਉੱਤੇ ਰੋਕ ਲਾਈ ਜਾਵੇ। ਜੋ ਵੀ ਆਪਣਾ RBI ਦੀ ਗਾਈਡਲਾਈਨ ਦੇ ਮੁਤਾਬਕ ਜੋ ਕੋਰਟ ਦਾ ਫੈਸਲਾ ਹੋਵੇਗਾ, ਅਸੀਂ ਕੋਰਟ ਦੇ ਫੈਸਲੇ ਦੇ ਮੁਤਾਬਕ ਚੱਲਾਂਗੇ। ਔਰ ਸਾਡਾ ਸੰਘਰਸ਼ ਚੱਲ ਰਿਹਾ ਆ ਕਰਜ਼ੇ ਦੇ ਪ੍ਰਤੀ, ਕਿ ਜਦੋਂ ਅਮੀਰਾਂ ਲੋਕਾਂ ਦਾ ਕਰਜ਼ਾ ਮਾਫ਼ ਹੋ ਸਕਦਾ ਅਤੇ ਸਾਡਾ ਗਰੀਬਾਂ ਦਾ ਕਿਉਂ ਨਹੀਂ ਹੋ ਸਕਦਾ? ਅਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹ ਜੋ ਕਰਜ਼ਾ ਹੈ ਗਰੀਬ ਬੀਬੀਆਂ ਦਾ, ਇਹ ਸਰਕਾਰ ਭਰੇ। ਸਰਕਾਰ ਨੇ ਲੋਕਡਾਊਨ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਭੁੱਖਮਰੀ ਪੈ ਗਈ ਆ। ਅਸੀਂ ਇਹ ਕਿਸ਼ਤਾਂ ਦੇਣ ਤੋਂ ਸਾਰੀਆਂ ਬੀਬੀਆਂ ਅਸਮਰਥ ਆ, ਨਹੀਂ ਦੇ ਸਕਦੀਆਂ ਹੈਗੀਆਂ। ਅਤੇ ਇਹਦੇ ਵਿੱਚ ਜੇ ਕਿਸੇ ਕੰਪਨੀ ਵਾਲੇ ਨੂੰ ਕੋਈ ਸਾਡੇ 'ਤੇ ਓਬਜੈਕਸ਼ਨ ਹੈ ਬੀਬੀਆਂ ਦੇ ਉੱਤੇ ਕਿ ਬੀਬੀਆਂ ਕਿਸ਼ਤ ਨਹੀਂ ਭਰ ਰਹੀਆਂ, ਅਤੇ ਉਹਨਾਂ ਨੂੰ ਇਹ ਕੋਈ ਅਥਾਰਟੀ ਨਹੀਂ ਹੈਗੀ ਕਿ ਉਹ ਘਰਾਂ ਦੇ ਵਿੱਚ ਆ ਕੇ ਤੰਗ ਪਰੇਸ਼ਾਨ ਕਰਨ ਜਾਂ ਸਮਾਨ ਚੱਕਣ ਦੀਆਂ ਧਮਕੀਆਂ ਦੇਣ, ਜਾਂ ਇਹ ਕਹਿਣ ਕਿ ਤੁਸੀਂ ਕਿਤੇ ਵੀ ਮੰਗ ਕੇ ਪੈਸੇ ਲਿਆ ਕੇ ਦਿਓ। ਇੱਦਾਂ ਦੀਆਂ ਇਹ ਜੋ ਡਰਾਵੇ ਧਮਕਾਵੇਂ ਦਿੰਦੇ ਆ, ਇਹਨਾਂ 'ਤੇ ਬਿਲਕੁਲ ਰੋਕ ਲਾਈ ਜਾਵੇ। ਅਗਰ ਰੋਕ ਨਾ ਲਾਈ ਗਈ, ਅਸੀਂ ਮੇਨ ਰੋਡ ਜਾਮ ਕਰਾਂਗੇ। ਜੋ ਵੀ ਸਾਤੋਂ ਹੋਇਆ ਸ਼੍ਰੀ ਗੁਰੂ ਅਰਦਾਸ ਟਾਈਗਰ ਫੋਰਸ ਦੇ ਨਾਲ ਜੁੜ ਕੇ, ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਜਾਣ ਨੂੰ ਤਿਆਰ ਹਾਂ। ਅਤੇ ਲਾਸਟ ਚੇਤਾਵਨੀ ਸੀ, ਅਸੀਂ ਪਹਿਲਾਂ ਵੀ DC ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਤਹਿਸੀਲਦਾਰ ਨੂੰ ਵੀ ਅਤੇ ਆਪਣਾ DC ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਸੀਗੇ, ਪਰ ਇੰਨਾ ਮੰਗ ਪੱਤਰ ਦੇਣ 'ਤੇ ਕੋਈ ਇਹਨਾਂ 'ਤੇ ਰੋਕ ਨਹੀਂ ਲਾਈ ਗਈ। ਹੁਣ ਅਸੀਂ ਇਹ ਲਾਸਟ ਚੇਤਾਵਨੀ ਆ ਕਿ ਇਹਨਾਂ ਉੱਤੇ ਰੋਕ ਲਾਈ ਜਾਵੇ ਜੋ ਇਹ ਗੁੰਡਾਗਰਦੀ ਕਰਦੇ ਆ। ਨਾ ਬੀਬੀਆਂ ਨੇ ਮੂਲ ਦੇਣਾ ਅਤੇ ਨਾ ਵਿਆਜ ਭਰਨਾ। ਅਗਰ ਓਬਜੈਕਸ਼ਨ ਹੈ ਤਾਂ ਕੋਰਟ ਕੇਸ ਕਰ ਸਕਦੇ ਆ, ਨੋ ਪ੍ਰੋਬਲਮ। ਅਗਰ ਘਰਾਂ ਦੇ ਵਿੱਚ ਆ ਕੇ ਕੋਈ ਧੱਕਾ ਕੀਤਾ ਜਾਂ ਬੀਬੀਆਂ ਨੂੰ ਗਲਤ ਬੋਲਿਆ, ਜੁੱਤੀ ਪਰੇਡ ਬਹੁਤ ਕਰਾਂਗੇ। ਜੋ ਸਾਡੇ ਤੋਂ ਜਿੱਥੇ ਤੱਕ ਚੱਲ ਹੋਇਆ ਅਸੀਂ ਚੱਲਾਂਗੇ, ਅਤੇ ਜਿੱਥੋਂ ਤੱਕ ਫਿਰ ਇਹਨਾਂ ਨੇ ਚੱਲਣਾ ਚੱਲ ਸਕਦੇ। ਜੈ ਗੁਰਦੇਵ। ਧੰਨ ਗੁਰਦੇਵ। ਜੈ ਗੁਰਦੇਵ। ਜੈ ਭੀਮ। ਜਿਵੇਂ ਕਿ ਇੱਕ ਨਿੱਜੀ ਕੰਪਨੀਆਂ ਵੱਲੋਂ ਬੀਬੀਆਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਲੋਨ ਦਿੱਤੇ ਗਏ ਸੀਗੇ, ਔਰ ਲੋਕਡਾਊਨ ਦੇ ਵਿੱਚ ਬੀਬੀਆਂ ਵੱਲੋਂ ਉਹ ਲੋਨ ਦੀ ਕਿਸ਼ਤ ਜਿਹੜੀ ਆ ਅਦਾ RBI ਦੇ ਕਹਿਣ ਦੇ ਉੱਤੇ ਨਹੀਂ ਕੀਤੀ ਗਈ, ਕਿਉਂਕਿ ਦਿਸ਼ਾ ਨਿਰਦੇਸ਼ ਸੀ RBI ਦੇ ਵੀ ਜਿਹੜੇ ਲੋਨ ਆ ਉਹ 6 ਮਹੀਨੇ ਤੱਕ ਪੈਂਡਿੰਗ ਕਰ ਦਿੱਤੇ ਜਾਣ। ਪਰ ਨਿੱਜੀ ਕੰਪਨੀਆਂ ਵੱਲੋਂ ਨਿੱਤ ਇਹਨਾਂ ਗਰੀਬ ਵਰਗ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਔਰ ਇਹਨਾਂ ਗਰੀਬ ਲੋਕਾਂ ਦੇ ਘਰ ਆਪਣੇ ਕਰਿੰਦੇ ਭੇਜ ਕੇ ਉਹਨਾਂ ਦੇ ਸਮਾਨ ਚੋਰੀ ਕਰਕੇ ਲਿਜਾਏ ਜਾ ਰਹੇ ਨੇ, ਔਰ ਬਿਲਕੁਲ ਉਹਨਾਂ ਦੇ ਜਿਹੜੇ ਧੱਕੇ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਔਰ ਜਿਵੇਂ ਮੋਦੀ ਸਰਕਾਰ ਵੱਲੋਂ ਅਡਾਨੀ ਅੰਬਾਨੀ ਔਰ ਨੀਰਵ ਮੋਦੀ ਵਰਗੇ ਜਿਹੜੇ ਲੁਟੇਰੇ ਆ ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ ਕਰੋੜਾਂ ਅਰਬਾਂ ਰੁਪਈਆ, ਔਰ ਕੀ ਇਹ ਗਰੀਬ ਵਰਗ ਦੇ ਜਿਹੜੇ ਲੋਕ ਆ ਦਲਿਤ ਰੋਗ ਜਿਹੜੇ ਲੋਕ ਆ ਕਿ ਇਹਨਾਂ ਦੇ 50,000 ਰੁਪਇਆ ਨਹੀਂ ਮਾਫ਼ ਕੀਤਾ ਜਾਂਦਾ ਜਾ ਸਕਦਾ? ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਔਰ ਚੇਤਾਵਨੀ ਦਿੰਦਾ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ, ਜੇਕਰ ਇਹਨਾਂ ਦਾ ਗਰੀਬ ਲੋਕਾਂ ਦਾ ਪੈਸਾ ਔਰ ਮਾਫ਼ ਨਾ ਕੀਤਾ ਗਿਆ, ਇਹਨਾਂ ਕੰਪਨੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ, ਔਰ ਸਰਕਾਰ ਵਿਰੁੱਧ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਜੈ ਗੁਰਦੇਵ। ਜੈ ਭੀਮ। ਸਾਥੀਓ, ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦਾ ਜੋ ਮਸਲਾ ਹੈ ਸਾਡੇ ਗਰੀਬ ਸਮਾਜ ਦੇ ਵਿੱਚੋਂ ਜੋ ਸਾਡੀਆਂ ਬੀਬੀਆਂ ਭੈਣਾਂ ਪਿੰਡਾਂ ਦੇ ਵਿੱਚ ਜੋ ਪ੍ਰਾਈਵੇਟ ਲੋਨ ਦਿੰਦੇ ਆ ਉਹਨਾਂ ਦਾ ਸ਼ਿਕਾਰ ਹੋਈਆਂ ਇਹ ਬੀਬੀਆਂ ਭੈਣਾਂ, ਜੋ ਕਿ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਬਹੁਤ ਕੀਤਾ, ਔਰ ਇਹਨਾਂ ਨੂੰ ਇਸ ਹੱਦ ਤੱਕ ਪਰੇਸ਼ਾਨ ਕਰਦੇ ਕਿ ਘਰ ਆ ਕੇ ਇਹਨਾਂ ਦੀਆਂ ਮੂਵੀਆਂ ਇਹਨਾਂ ਦੀਆਂ ਫੋਟੋ ਖਿੱਚ ਕੇ ਲਿਜਾਂਦੇ ਆ, ਔਰ ਇਹਨਾਂ ਦੇ ਬੱਚਿਆਂ ਦੀਆਂ ਫੋਟੋ ਖਿੱਚ ਕੇ ਲਿਜਾਂਦੇ ਆ, ਔਰ ਬੱਚਿਆਂ ਨੂੰ ਕਿਹਾ ਜਾਂਦਾ ਵੀ ਇਹਨਾਂ ਦਾ ਕੈਰੀਅਰ ਖਰਾਬ ਕਰਾਂਗੇ, ਇਹ ਕਰਾਂਗੇ, ਵੋ ਕਰਾਂਗੇ।
ਔਰ ਉਹ ਕਰ ਕੁਛ ਨਹੀਂ ਸਕਦੇ ਹੈਗੇ। ਪਰ ਅਸੀਂ ਬੀਬੀਆਂ ਭੈਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਘਰ ਦੇ ਅੰਦਰ ਆ ਕੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਕਿ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਹੋੜੋ ਔਰ ਕੁਟਾਪਾ ਚਾੜੋ, ਅਸੀਂ ਤੁਹਾਡੇ ਨਾਲ ਹਾਂ, ਕੋਈ ਚਿੰਤਾ ਵਾਲੀ ਗੱਲ ਨਹੀਂ, ਠੀਕ ਹੈ। ਬਾਕੀ ਜਿਸ ਤਰ੍ਹਾਂ ਸਾਡੀ ਪੂਰੀ ਟਾਈਗਰ ਫੋਰਸ ਵੱਲੋਂ ਜੋ ਦਿਸ਼ਾ ਨਿਰਦੇਸ਼ ਹੋਣਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਔਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਅਸੀਂ ਤੁਹਾਡੇ ਨਾਲ ਆਪਣੀਆਂ ਭੈਣਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹਾਂ, ਕੋਈ ਚਿੰਤਾ ਦੀ ਗੱਲ ਨਹੀਂ ਹੈਗੀ। ਬਾਕੀ ਇਹ ਆ ਕਿ ਜਿਹੜੇ ਐਡੇ ਗੁੰਡੇ ਜੋ ਕਿ ਇੱਧਰੋਂ ਸਾਡੇ ਇੰਡੀਆ ਦਾ ਧਨ ਲੈ ਕੇ, ਸਾਡੇ ਭਾਰਤ ਦਾ ਧਨ ਲੈ ਕੇ ਇੱਥੋਂ ਦੌੜਿਓ ਆ, ਠੀਕ ਆ ਜੀ, ਜਿਹੜੀ ਇਹ ਮੋਦੀ ਸਰਕਾਰ ਹੈ ਉਹਨਾਂ ਗੁੰਡਿਆਂ ਨੂੰ ਤਾਂ ਇਹ ਤਕੜੇ ਕਰ ਰਹੀ ਆ, ਔਰ ਜੋ ਗਰੀਬ ਜਨਤਾ ਹੈ ਉਹਨਾਂ ਨੂੰ ਗਰੀਬ ਕੀਤਾ ਜਾ ਰਿਹਾ, ਠੀਕ ਹੈ ਨਾ ਜੀ। ਔਰ ਜੋ ਇਹ ਹਰਕਤਾਂ ਹੈਗੀਆਂ ਜਿਹੜੀਆਂ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਔਰ ਅਸੀਂ ਆਪਣੇ ਪੂਰੀ ਟਾਈਗਰ ਫੋਰਸ ਵੱਲੋਂ ਪੂਰੀ ਮੁਹਿੰਮ ਦੇ ਨਾਲ ਆਪਣੀਆਂ ਇਹਨਾਂ ਬੀਬੀਆਂ ਭੈਣਾਂ ਦੇ ਨਾਲ ਪੂਰੇ ਪਰਿਵਾਰਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਹਾਂ। ਜੈ ਭੀਮ, ਜੈ ਭਾਰਤ। ਸਰਕਾਰਾਂ ਨੇ